ਤੇਤਮੀ ਕਹਾਣੀ ਇੱਕ ਕਿਸਾਨੇ ਦੀ ਕਹਾਣੀ। ਇੱਕ ਦਿਨ ਯਿਸੂ ਝੀਲਾ ਦੇ ਕਿਨਾਰੇ ਅਲੀ ਥਾ। ਸਹਿ ਲੋਕਾਂ ਦੀ ਇੱਕ ਵੱਡੀ ਭਾਰੀ ਭੀੜ ਹੈ ਜੋ ਸਿਕਸ਼ਾ ਦੇਦਾ ਥਾ। ਇਸੇ ਸੁਣਨੇ ਤਾਈ ਇਤਨੇ ਸਾਰੇ ਲੋਕ ਆਏ ਕਿ ਯਿਸੂ ਅਲੀ ਇਹਨਾਂ ਸਾਰਿਆਂ ਨੇ ਗੱਲਾਂ ਕਰਨੇ ਤਾਈ ਜਗ੍ਹਾ ਨਹੀਂ ਬਚੀ। ਇਸ ਤਾਈ ਸਹਿ ਪਾਣੀ 'ਚ ਖੜੂਤੀ ਕਿਸ਼ਤੀਆਂ ਪਰ ਚੜ੍ਹੀ ਗਿਆ। ਉੱਥੋਂ ਸਹਿ ਬੈਠੀ ਗਿਆ ਕਨੇ ਲੋਕਾਂ ਜੋ ਸਿਕਸ਼ਾ ਦਿੱਤੀ। ਇਸਮੇ ਤਿਨੇ ਜੋ ਇਹ ਕਹਾਣੀ ਸੁਣਾਈ। ਇੱਕ ਕਿਸਾਨ ਬੀ ਬਾਹਣੇ ਤਾਈ ਬਾਹਰ ਨਿਕਲਿਆ। ਜਾਲੂ ਸਹਿ ਹੱਥਾਂ ਨੇ ਬੀਏ ਜੋ ਬਖੇਰਾ ਦਾ ਥਾ ਤਾਂ ਕੁਛ ਬੀ ਰਸਤੇ ਪਰ ਪੈ ਅਪਰ ਪੰਛੀਆਂ ਆਈ ਕਰੀ ਤਿਨਾ ਸਾਰੇ ਬੀਆਂ ਜੋ ਖਾਈ ਲਿਆ। ਦੂਏ ਬੀ ਪਥਰੀਲੀ ਜ਼ਮੀਨਾਂ ਪਰ ਪੈ ਜਿੱਥੋਂ ਬੜੀ ਘੱਟ ਚਿਕ ਥੀ। ਪਥਰੀਲੀ ਜ਼ਮੀਨਾਂ ਪਰ ਪਿਓ ਬੀ ਬੜੀ ਤੋਲੇ ਲੂੰਗੀ ਤਾਂ ਪੈ ਅਪਰ ਤਿਨਾਂ ਦੀਆਂ ਜੜ੍ਹਾਂ ਜ਼ਮੀਨਾਂ 'ਚ ਮਜ਼ਬੂਤ ਨਹੀਂ ਥੀਆਂ। ਜਲ ਸੂਰਜ ਨਿਕਲਿਆ ਕਨੇ ਗਰਮੀ ਹੋਈ ਤਾਂ ਸਹਿ ਫਲ ਮੁਰਝਾਈ ਗਏ ਕਨੇ ਮਰੀ ਗਏ। ਤਾਂ ਵੀ ਦੂਏ ਬੀ ਜੁੜਿਆਂ ਦੇ ਵਿੱਚ ਪੈ ਤਿਨਾਂ ਬੀਆਂ ਵਧਣਾ ਸ਼ੁਰੂ ਕੀਤਾ ਅਪਰ ਕੰਡਿਆਂ ਤਿਨਾਂ ਜੋ ਦੱਬੀ ਦਿੱਤਾ। ਇਸ ਤਾਈ ਕੰਡੇਦਾਰ ਜ਼ਮੀਨਾਂ ਪਰ ਪੀਓ ਬੀਆਂ 'ਚ ਨਿਕਲੇ ਫਲਾਂ 'ਤੇ ਕੋਈ ਵੀ ਅੰਨ ਪੈਦਾ ਨਹੀਂ ਕਰੀ ਪਾਇਆ। ਦੂਏ ਬੀ ਖਰੀਏ ਜ਼ਮੀਨਾਂ ਪਰ ਪੈ ਸਹਿ ਬੀ ਵਧਦੇ ਕਨੇ ਜਿਤਨੇ ਲੂੰਘੇ ਥੇ ਤਿਨਾਂ 'ਚ 30 ਗੁਣਾ 60 ਗੁਣਾ ਕਨੇ ਇੱਥੋਂ ਤੱਕ ਕਿ 100 ਗੁਣਾ ਅਨਾਜ ਪੈਦਾ ਕੀਤਾ। ਜਿਹੜਾ ਕੋਈ ਵੀ ਪਚਾਹ ਚੱਲਣਾ ਚਾਹੁੰਦਾ ਹੈ ਸਹਿ ਇਸਾ ਗੱਲਾਂ ਪਰ ਧਿਆਨ ਦੇ ਜਿਹੜਾ ਮੈਂ ਗਲਾਦਾ ਹੈ। ਇਸਾ ਕਹਾਣੀਆਂ ਚੇਲੇ ਜੋ ਉਲਝਣੇ 'ਚ ਪਾਈ ਦਿੱਤਾ। ਇਸ ਤਾਈ ਇਸਮੇ ਵਿਆਖਿਆ ਕੀਤੀ ਸਹਿ ਵੀ ਪਰਮਾਤਮੇ ਦਾ ਬਚਨ ਹੈ। ਸਹਿ ਰਸਤਾ ਇੱਕ ਇਹਦੇ ਮਾਣੂ ਹੈ ਜਿਹੜਾ ਪਰਮਾਤਮੇ ਦੇ ਬਚਨਾਂ 'ਚ ਸੁਣਦਾ ਹੈ ਅਪਰ ਤਿਸੀਓ ਸਮਝਦਾ ਨਹੀਂ ਹੈ। ਤਾਲੂ ਸ਼ੈਤਾਨ ਤਿਸ ਅਲੀ ਆਈ ਕਰੀ ਬਚਨੇ ਜੋ ਖੋਈ ਕਰੀ ਲਈ ਜਾਂਦਾ ਹੈ। ਮਤਲਬ ਸ਼ੈਤਾਨ ਤਿਸੀਓ ਬਚਨੇ ਜੋ ਸਮਝਣੇ ਤਾਈ ਦੂਰ ਰੱਖਦਾ ਹੈ। ਸਹਿ ਪਥਰੀਲੀ ਜ਼ਮੀਨ ਇਹਦੇ ਮਾਣੂ ਹਨ ਜਿਹੜਾ ਪਰਮਾਤਮੇ ਦੇ ਬਚਨਾਂ ਜੋ ਸੁਣਦੇ ਤਾਂ ਹਨ ਕਨੇ ਖੁਸ਼ੀ ਅਤੇ ਸੋਗੀ ਤਿਸੀਓ ਮੰਨੀ ਲੈਂਦੇ ਹਨ ਅਪਰ ਜਾਲੂ ਮੁਸ਼ਕਲ ਵਕਤ ਆਉਂਦਾ ਹੈ ਜਾਂ ਜਾਲੂ ਮਤੇ ਸਾਰੇ ਲੋਕ ਤਿਸੀਓ ਤੰਗ ਕਰਦੇ ਹਨ ਤਾਂ ਸਹਿ ਪਰਮਾਤਮੇ ਤੇ ਦੂਰ ਚਲੀ ਜਾਂਦਾ ਹੈ। ਮਤਲਬ ਸਹਿ ਪਰਮਾਤਮੇ ਪਰ ਵਿਸ਼ਵਾਸ ਕਰਨਾ ਬੰਦ ਕਰੀ ਦਿੰਦਾ ਹੈ। ਸਹਿ ਝਾੜੀਆਂ ਵਾਲੀ ਜ਼ਮੀਨ ਇਹਦੇ ਮਾਣੂ ਹੈ ਜਿਹੜਾ ਪਰਮਾਤਮੇ ਦੇ ਬਚਨਾਂ ਜੋ ਸੁਣਦਾ ਹੈ ਅਪਰ ਸਹਿ ਮਤੀਆਂ ਸਾਰੀਆਂ ਗੱਲਾਂ ਦੇ ਬਾਰੇ 'ਚ ਫਿਕਰ ਕਰਨਾ ਸ਼ੁਰੂ ਕਰੀ ਦਿੰਦਾ ਹੈ ਕਨੇ ਸਹਿ ਮਤਾ ਸਾਰਾ ਧਨ ਕਮਾਉਣੇ ਦਾ ਅਭਿਆਸ ਕਰਦਾ ਹੈ ਕਨੇ ਸਹਿ ਮਤੀਆਂ ਚੀਜ਼ਾਂ ਜੋ ਪਾਣੇ ਦਾ ਅਭਿਆਸ ਕਰਦੇ ਹਨ। ਕੁਛ ਵਕਤੇ ਦੇ ਬਾਅਦ ਹੁਣ ਸਹਿ ਪਰਮਾਤਮੇ ਜੋ ਪਿਆਰ ਕਰਨੇ ਜੋ ਖੁਸ਼ ਨਹੀਂ ਹਨ। ਇਸ ਤਾਈਂ ਜਿਹੜਾ ਤਿੰਨੀ ਪਰਮਾਤਮੇ ਦੇ ਬਚਨੇ 'ਤੇ ਸਿੱਖਿਆ ਥਾ ਸਹਿ ਤਿਸ ਪਰਮਾਤਮੇ ਜੋ ਖੁਸ਼ ਕਰਨੇ 'ਚ ਖੁਸ਼ੀ ਨਹੀਂ ਕਰਦਾ ਹੈ। ਸਹਿ ਕਣਕਾਂ ਦੇ ਡੰਠਲਾਂ ਸਹੀਏ ਹੈ ਜਿਹੜਾ ਕੋਈ ਅੰਨ ਪੈਦਾ ਨਹੀਂ ਕਰੀ ਸਕਦਾ ਹੈ। ਅਪਰ ਖਰੀ ਜ਼ਮੀਨ ਸਹਿ ਮਾਣੂ ਹੈ ਜਿਹੜਾ ਪਰਮਾਤਮੇ ਦੇ ਬਚਨੇ ਜੋ ਸੁਣਦਾ ਹੈ ਇਸ ਪਰ ਵਿਸ਼ਵਾਸ ਕਰਦਾ ਹੈ ਕਨੇ ਫਲ ਪੈਦਾ ਕਰਦਾ ਹੈ।